ਲੱਗ ਰਹੇ ਨੇ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ, ਉਹ ਅੱਜ ਤੋਂ ਨਹੀਂ, ਉਹ ਪਿਛਲੇ ਸ਼ੁਰੂ ਤੋਂ ਹੀ ਲੱਗ ਰਹੇ ਨੇ। ਮੈਨੂੰ ਲੱਗਦਾ ਪਿਛਲੇ 20-25 ਸਾਲਾਂ ਤੋਂ ਉਹਨਾਂ ਦੇ ਜੋਬ ਫੇਅਰ ਚੱਲ ਰਹੇ ਨੇ। ਉੱਥੇ ਜਿਹੜੀ ਕੋਈ ਪਲੇਸਮੈਂਟ ਹੁੰਦੀ ਆ ਉਹਨੂੰ ਜਾ ਕੇ ਆਪਦੀ ਮੋਹਰ ਲਾਉਂਦੇ ਵੀ ਇਹ ਸਰਕਾਰ ਨੇ ਨੌਕਰੀ ਦਿੱਤੀ ਹੈ। ਹੁਣ ਇਸ ਲੈਵਲ ਤੱਕ ਜਦ ਸਰਕਾਰ ਪਹੁੰਚ ਗਈ ਤਾਂ ਆਪਾਂ ਇਹ ਸੋਚ ਸਕਦੇ ਹਾਂ ਵੀ ਕਿੰਨੀ ਬੁਰੀ ਤਰ੍ਹਾਂ ਉਹਨਾਂ ਦੀਆਂ ਪੋਲਿਸੀਜ਼ ਫੇਲ ਹੋ ਚੁੱਕੀਆਂ ਵੀ ਦੂਜੇ ਦੇ ਕੀਤੇ ਕੰਮ 'ਤੇ ਜਾ ਕੇ ਆਪਦੀ ਮੋਹਰ ਲਾਉਣਾ ਵੀ ਜੇ ਸ਼ਾਇਦ ਅਸੀਂ ਜੋਬ ਦਵਾਈਆਂ, ਹਾਲਾਂਕਿ ਸਰਕਾਰ ਦਾ ਉਹਦੇ ਵਿੱਚ ਇੱਕ ਪੈਸੇ ਦਾ ਵੀ ਰੋਲ ਨਹੀਂ ਹੈ। ਸੋ ਇਸ ਲਈ ਇਹ ਬਹੁਤ ਬੜੇ ਇੰਪੋਰਟੈਂਟ ਇਸ਼ੂਜ਼ ਨੇ। ਬੜਾ ਜਿਹੜਾ ਹੈ ਸਰਕਾਰ ਦੀ ਜੋ ਨਲੈਕੀ ਹੈ, ਜੋ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ, ਅੱਜ ਲੋੜ ਹੈ ਵੀ ਉਹਦਾ ਚਿਹਰਾ ਬੇਨਕਾਬ ਕੀਤਾ ਜਾਵੇ, ਉਹਨਾਂ ਦੀਆਂ ਜੋ ਮਾੜੀ ਜਿਹੜੀਆਂ ਪੋਲਿਸੀਜ਼ ਨੇ। ਸੋ ਮੈਂ ਅੱਜ ਅਕਾਲੀ ਦਲ ਵੱਲੋਂ, ਇੱਕ ਤਾਂ ਅਸੀਂ ਸਰਕਾਰ ਨੂੰ ਫਿਰ ਇਹੀ ਗੱਲ ਕਹਾਂਗੇ ਵੀ ਲੋਕਾਂ ਨਾਲ ਜਿਹੜੇ ਕੀਤੇ ਵਾਅਦੇ ਨੇ ਉਹ ਪੂਰੇ ਕਰਨ, ਅਤੇ ਸਰਕਾਰ ਜਿਹੜਾ ਹੈ ਇਹ ਬਹਾਨੇ ਬਣਾਉਣੇ ਛੱਡੇ ਵੀ ਜੀ ਸਾਡੇ ਕੋਲ ਸਾਧਨ ਨਹੀਂ। ਸਰਕਾਰ ਨੇ ਜਿਹੜਾ ਹੈ ਸਾਧਨ ਅੱਜ ਤੱਕ ਜੁਟਾਉਣ ਦੀ, ਜਾਂ ਜਿਹੜੀਆਂ ਹੈ ਸਾਧਨਾਂ ਦੇ ਵਿੱਚ ਜੋ ਜਿਸ ਪੱਧਰ 'ਤੇ ਪਿਲਫਰੇਜਸ ਹੋ ਰਹੀਆਂ ਉਹਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਨਹੀਂ, ਸਰਕਾਰ ਸਾਧਨ ਵੀ ਜੁਟਾ ਸਕਦੀ ਹੈ ਅਤੇ ਸਾਰਾ ਕੁਝ ਕਰ ਸਕਦੀ ਹੈ। ਅਤੇ ਇਹ ਜਿਹੜੀਆਂ ਸਾਰੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ, ਅਸੀਂ ਕੁਛ ਜਿਹੜੀਆਂ ਮੰਗਾਂ ਦੀ ਅਸੀਂ ਪੂਰਾ ਸਮਰਥਨ ਕਰਦੇ ਹਾਂ ਵੀ ਇੱਕ ਤਾਂ ਸਾਰੇ ਏਰੀਅਰਸ ਮੁਲਾਜ਼ਮਾਂ ਦੇ ਦਿੱਤੇ ਜਾਣ, ਦੂਜਾ ਮੁਲਾਜ਼ਮਾਂ ਦੀ ਜੋ ਹੈ DA ਦੀਆਂ ਕਿਸ਼ਤਾਂ ਸਾਰੀਆਂ ਦਿੱਤੀਆਂ ਜਾਣ, ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਜੇ ਨਹੀਂ ਲਾਗੂ ਜਿੰਨਾ ਚਿਰ ਨਹੀਂ ਲਾਗੂ ਹੁੰਦਾ ਇੰਟਰਮ ਰਿਲੀਫ ਦਿੱਤੀ ਜਾਵੇ। ਅਤੇ ਜਿਹੜੇ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਦੇ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਇਮੀਡੀਏਟਲੀ ਬਿਨਾਂ ਸ਼ਰਤ ਜਿਹੜਾ ਹੈ ਰੈਗੂਲਰ ਕੀਤਾ ਜਾਵੇ, ਕੋਈ ਜਿਹੜੀ ਹੈ ਤਨਖਾਹ ਘਟਾਉਣ ਦੀ ਜਾਂ ਹੋਰ ਜਿਹੜੀਆਂ ਸ਼ਰਤਾਂ ਉਹ ਵਾਪਸ ਲਈਆਂ ਜਾਣ, ਅਤੇ 27,000 ਜਿਹੜਾ ਹੋਰ ਮੁਲਾਜ਼ਮ ਹੈ ਉਹਨੂੰ ਵੀ ਪੱਕਾ ਕੀਤਾ ਜਾਵੇ ਜਿਹੜਾ ਸਾਡੇ ਐਕਟ ਦੇ ਤਹਿਤ ਸਾਡਾ ਰੈਗੂਲਰ ਕੀਤਾ ਜਾ ਰਿਹਾ ਸੀ। ਅਤੇ ਇਹ ਜਿਹੜੇ ਕਿਸਾਨਾਂ ਦੇ ਗੰਨੇ ਦੇ ਏਰੀਅਰਸ ਨੇ ਉਹ ਇਮੀਡੀਏਟਲੀ ਜਿਹੜਾ ਸਰਕਾਰ ਦੇਵੇ। ਜੇ ਸਰਕਾਰ ਆਪਦੇ ਆਪ ਨੂੰ ਬੜਾ ਵੱਡਾ ਜਿਹੜੀ ਹੈ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਦੀ ਕੋਸ਼ਿਸ਼ ਕਰਦੀ ਹੈ, ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਇੰਨਾ ਮਾੜਾ ਹਾਲ ਕਿਸਾਨ ਦਾ ਅੱਜ ਤੱਕ ਕਦੇ ਨਹੀਂ ਹੋਇਆ ਜੋ ਹੁਣ ਮੌਜੂਦਾ ਸਰਕਾਰ ਦੇ ਵਿੱਚ ਹੋ ਰਿਹਾ। ਸੋ ਇਸ ਲਈ ਇਹ ਮੈਂ ਇਹੀ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਅੱਜ ਧਿਆਨ ਵਿੱਚ ਲਿਆਉਣਾ ਚਾਹੁੰਦਾ ਸੀ। ਬਾਕੀ ਅਸੀਂ ਸਾਰੀਆਂ ਜੋ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਮੀਟਿੰਗ ਕਰ ਰਹੇ ਹਾਂ, ਅਤੇ ਜਲਦੀ ਪਾਰਟੀ ਵੱਲੋਂ ਜੋ ਕਿਸਾਨਾਂ ਦੇ ਮਸਲੇ ਨੇ ਉਹਨਾਂ 'ਤੇ ਵੀ ਅਸੀਂ ਸੰਘਰਸ਼ ਜਿਹੜਾ ਪਾਰਟੀ ਕਰੇਗੀ ਉਹਦੀ ਜਲਦੀ ਅਸੀਂ ਫੈਸਲਾ ਉਹਦੇ ਬਾਰੇ ਲਵਾਂਗੇ। ਅਤੇ ਸਰਕਾਰ ਦਾ ਜੋ ਵੀ ਚਿਹਰਾ ਹੈ ਉਹਨੂੰ ਬੇਨਕਾਬ ਕਰਨ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਸੱਚਾਈ ਜਿਹੜੀ ਹੈ ਲੋਕਾਂ ਤੱਕ ਉਹ ਅਸੀਂ ਪਹੁੰਚਾਵਾਂਗੇ।